ਕਿਸਾਨੀ ਅੰਦੋਲਨ ਦੇ ਵਿੱਚ ਇੱਕ ਨੌਜਵਾਨ ਜਿਸਦਾ ਨਾਮ ਸ਼ਿਵਕਰਨ ਸਿੰਘ ਹੈ ਉਸਨੂੰ ਲੈ ਕੇ ਜਿਹੜਾ ਸ਼ੰਭੂ ਬਾਰਡਰ ਤੇ ਉਸਦੀ ਮੌਤ ਹੋ ਗਈ ਤੇ ਜਿਸਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਅਤੇ ਉਹਨਾਂ ਨੇ ਕਿਹਾ ਕਿ ਸ਼ਿਵਕਰਨ ਸਿੰਘ ਨੂੰ ਲੈ ਕੇ ਹਜੇ ਤੱਕ ਪੰਜਾਬ ਸਰਕਾਰ ਨੇ ਚੁੱਪ ਵੱਟੀ ਹੋਈ ਹੈ ਤੇ ਇਨਸਾਫ਼ ਨਹੀਂ ਮਿਲ ਰਿਹਾ ਤੇ ਨਾ ਹੀ ਕੋਈ ਮਾਮਲਾ ਦਰਜ ਹੋਇਆ ਹੈ ਤੇ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਾ ਗਿਆ ਹੈ ਕਿ 29 ਫਰਵਰੀ ਨੂੰ ਪਿੰਡ ਬੱਲੋ ਦੇ ਵਿੱਚ ਇੱਕ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਨੌਜਵਾਨਾਂ ਨੂੰ ਵੱਡੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਹਿੱਸਾ ਪਾਇਆ ਜਾਵੇ ਤਾਂ ਕਿ ਸ਼ਿਵਕਰਨ ਸਿੰਘ ਨੂੰ ਜਿਹੜਾ ਇਨਸਾਫ਼ ਦਵਾਇਆ ਜਾ ਸਕੇ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸ਼ਿਵਕਰਨ ਸਿੰਘ ਦੀ ਮੌਤ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਹੋਰ ਕੀ ਕਹਿਣਾ। ਜਿਹੜਾ ਸਾਡਾ ਕਿਸਾਨ ਕਾਂਗਰਸ ਦਾ ਜੋ ਹੈ ਆਰਗੇਨਾਈਜੇਸ਼ਨ ਪੰਜਾਬ ਵਾਲੇ ਜਿਹੜਾ ਸਾਡਾ ਚੈਪਟਰ ਆ ਉਹਦੀ ਇੱਕ ਮੀਟਿੰਗ ਸੱਦੀ ਸੀਗੀ ਕਿਉਂਕਿ ਕਿਸਾਨ ਅੰਦੋਲਨ ਸਾਡੇ ਸਿਰ 'ਤੇ ਆ। ਮੇਰੇ ਨਾਲ ਮੇਰੇ ਖੱਬੇ ਪਾਸੇ ਕਿਰਨਜੀਤ ਸਿੰਘ ਜੀ ਸੰਧੂ ਜਿਹੜੇ ਕਿ ਕਿਸਾਨ ਕਾਂਗਰਸ ਪੰਜਾਬ ਦੇ ਜਿਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹੋਰ ਬਹੁਤ ਸਾਰੇ ਸਤਿਕਾਰਯੋਗ ਐਕਸ MLAs ਬਹੁਤ ਸਾਰੇ ਉਹ ਜਿਹਨਾਂ ਨੇ ਇਲੈਕਸ਼ਨਾਂ ਲੜੀਆਂ ਨੇ, ਬਹੁਤ ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲੋਕ ਸਮਿਤੀ ਜਿਹੜੇ ਕਿਸਾਨ ਕਾਂਗਰਸ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਉਹ ਅੱਜ ਇਸ ਮੀਟਿੰਗ ਵਿੱਚ ਸਾਰੇ ਵਿਰਾਜਮਾਨ ਨੇ। ਔਰ ਇਸ ਮੀਟਿੰਗ ਦਾ ਮਕਸਦ ਸੀਗਾ ਕਿ ਕਿਸਾਨਾਂ ਦਾ ਅੰਦੋਲਨ ਸਿਖਰਾਂ 'ਤੇ ਹੈ। 3 ਸਾਲ ਪਹਿਲਾਂ ਬੈਠੇ ਦਿੱਲੀ ਦੀ ਬਰੂਹਾਂ ਦੇ ਉੱਤੇ 700 ਦੇ ਕਰੀਬ ਕਿਸਾਨ ਨੇ ਆਪਣੀ ਨਿਰਦੋਸ਼ ਕਿਸਾਨਾਂ ਨੇ ਜਾਨਾਂ ਗਵਾਈਆਂ, ਲੇਕਿਨ ਦਿੱਲੀ ਦੀ ਸਰਕਾਰ 3 ਸਾਲ ਬਾਅਦ ਵੀ ਟਸ ਤੋਂ ਮਸ ਨਹੀਂ ਹੋਈ, ਜਿਸ ਕਰਕੇ ਕਿਸਾਨਾਂ ਨੂੰ ਇੱਕ ਵਾਰ ਫਿਰ ਅੰਦੋਲਨ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਲਾਉਣਾ ਪਿਆ, ਕਿਸਾਨ ਮਜ਼ਦੂਰ ਮੋਰਚੇ ਦੇ ਬੈਨਰ ਦੇ ਥੱਲੇ। ਇਸ ਮੋਰਚੇ ਵਿੱਚ ਪਿਛਲੇ ਦਿਨਾਂ 'ਚ ਜਿੱਥੇ 5 ਤੋਂ 6 ਕਿਸਾਨ ਫਿਰ ਸ਼ਹੀਦ ਹੋ ਚੁੱਕੇ ਨੇ, ਜਿੱਥੇ 200 ਤੋਂ 250 ਕਿਸਾਨ ਬੁਰੀ ਤਰ੍ਹਾਂ ਫੱਟੜ ਕਰਤਾ ਹਰਿਆਣਾ ਦੀ ਸਰਕਾਰ ਨੇ ਡਰੋਨਾਂ ਰਾਹੀਂ ਟੇਅਰ ਗੈਸ ਸ਼ੈਲ ਮਾਰ ਮਾਰ ਕੇ, ਰਬੜ ਦੀਆਂ ਬੁਲੇਟਸ ਪੈਲੇਟਸ ਮਾਰ ਮਾਰ ਕੇ, ਫਿਰ ਸਿੱਧੀਆਂ ਬੰਦੂਕਾਂ ਕੱਢ ਕੇ ਸਾਡਾ ਇੱਕ ਹੋਣਹਾਰ ਨੌਜਵਾਨ ਸ਼ੁਭਕਰਨ ਜਿਹੜਾ ਕਿ ਬੱਲੋ ਪਿੰਡ ਦਾ ਰਹਿਣ ਵਾਲਾ ਬਠਿੰਡੇ ਜ਼ਿਲ੍ਹੇ ਦਾ, ਫਿਰ ਇਹਦੀ ਹੱਤਿਆ ਕਰ ਦਿੱਤੀ ਗਈ। ਔਰ ਇਸ ਦੀਆਂ ਵੀਡੀਓ ਸਾਰੀਆਂ ਸੋਸ਼ਲ ਮੀਡੀਆ 'ਤੇ ਆ ਚੁੱਕੀਆਂ, ਕਿੱਦਾਂ ਬੰਦੂਕ ਦੇ ਨਾਲ ਹਰਿਆਣਾ ਪੁਲਿਸ ਦੇ ਅੱਧ ਪਚੱਧ ਵਰਦੀ ਧਾਰੀ ਉਹਨਾਂ ਨੇ ਇਸ ਨੌਜਵਾਨ 23 ਸਾਲ ਦਾ ਨੌਜਵਾਨ, ਸਿਰਫ ਜਿਹੜਾ 2 ਭੈਣਾਂ ਦਾ ਸਕਾ ਭਰਾ ਇੱਕੋ ਹੀ ਸੀਗਾ, ਉਹਦਾ ਕਤਲ ਕਰ ਦਿੱਤਾ। ਔਰ ਇਸ ਤੋਂ ਇਲਾਵਾ ਜਿਹੜੀ ਟਰੈਕਟਰਾਂ ਦੀ ਭੰਨ ਤੋੜ ਕੀਤੀ, ਤੌਬਾ ਮੇਰੀ, ਔਰ ਬਸ਼ਰਮੀ ਦੇ ਨਾਲ ਪੰਜਾਬ ਦੇ ਅੰਦਰ ਵੜ ਕੇ ਟਰੈਕਟਰਾਂ ਦੀ ਭੰਨ ਤੋੜ, ਸਾਡੇ ਕਿਸਾਨੀ ਝੰਡਿਆਂ ਨੂੰ ਪੈਰਾਂ ਥੱਲੇ ਰੋਂਦਿਆਂ, ਔਰ ਗੰਦੀਆਂ ਧੀਆਂ ਅਤੇ ਮਾਵਾਂ ਦੀਆਂ ਗਾਲਾਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਸਮੂਹ ਕਿਸਾਨਾਂ ਨੂੰ ਪੁਲਿਸ ਵਾਲਿਆਂ ਨੇ ਕੱਢੀਆਂ, ਔਰ ਸਾਰਾ ਨੈਸ਼ਨਲ ਮੀਡੀਆ ਬਿਲਕੁਲ ਚੁੱਪ ਬੈਠਾ। ਆ ਤਾਂ ਤੁਹਾਡੀ ਬਦੌਲਤ, ਸੋਸ਼ਲ ਮੀਡੀਆ ਦੀ ਬਦੌਲਤ ਅੱਜ ਇਹ ਜਿਹੜਾ ਕਿਸਾਨ ਦਾ ਅੰਦੋਲਨ ਹੈ ਉਹ ਸਾਰੀ ਦੁਨੀਆ 'ਚ ਬੈਠੇ ਲੋਕ ਦੇਖ ਰਹੇ ਨੇ, ਵਰਨਾ ਨੈਸ਼ਨਲ ਮੇਨਸਟ੍ਰੀਮ ਮੀਡੀਆ ਨੇ ਉਹਨੂੰ ਬਲੈਕਆਊਟ ਕਰ ਦਿੱਤਾ। ਔਰ ਜਿਹੜੀ ਇੱਥੇ ਨੁਕਤੇ ਦੀ ਗੱਲ ਅਸੀਂ ਕਰਨ ਵਾਸਤੇ ਇਹ ਮੀਟਿੰਗ ਕੀਤੀ ਆ ਕਿ ਸਾਡਾ ਪੰਜਾਬ ਹੋਵੇ, ਪੰਜਾਬ ਇੱਕ ਆਟੋਨਮਸ ਜਿਹਨੂੰ ਫੈਡਰਲ ਢਾਂਚੇ 'ਚ ਕਹਿੰਦੇ ਕਿ ਸਾਡੀ ਆਪਣੀ ਅਲੱਗ ਸਟੇਟ ਹੈ, ਸਾਡੀ ਧਰਤੀ ਦੇ ਵਿੱਚ ਵੜ ਕੇ ਜਿਹੜਾ ਘੱਗਰ ਦਰਿਆ ਵਾ ਉਹ ਪੰਜਾਬ ਦੀ ਧਰਤੀ ਦੇ ਥੱਲੇ ਪੰਜਾਬ ਦੇ ਵਿੱਚ ਵਗਦਾ ਵਾ, ਉਹਦਾ ਜਿਹੜਾ ਪੁਲ ਆ ਉਹਦੇ ਅੱਧੇ ਪੁਲ ਦੇ ਉੱਤੇ ਆਣ ਕੇ ਹਰਿਆਣਾ ਪੁਲਿਸ ਨੇ ਬਹੁਤ ਵੱਡੇ ਪੱਧਰ 'ਤੇ ਬੈਰੀਕੇਡਿੰਗ ਕੀਤੀ, ਕੌਨਕ੍ਰੀਟ ਦੀਆਂ ਕੰਧਾਂ ਦਰਿਆ ਦੇ ਵਿੱਚ ਟੋਏ, ਕਿੱਲ ਠੋਕ ਕੇ ਕੰਢੇ ਵਾਲੀਆਂ ਤਾਰਾਂ ਲਾ ਕੇ ਅਤੇ ਪੁਲਿਸ ਇੱਦਾਂ ਖੜੀ ਕੀਤੀ ਜਿੱਦਾਂ ਕੋਈ ਦੁਸ਼ਮਣ ਦੇਸ਼ ਤੋਂ ਆਣ ਕੇ ਉਹਨਾਂ ਦੇ ਉੱਤੇ ਹਮਲਾ ਹੋ ਰਿਹਾ ਵਾ। ਡਰਾਉਣੇ
ਡਰਾਉਣੀਆਂ ਵਰਦੀਆਂ ਡਰਾਉਣੇ ਡੰਡੇ ਤੇ ਬੰਦੂਕਾਂ ਫੜਾ ਕੇ ਉਹਨਾਂ ਨੂੰ ਜਿੱਦਾਂ ਦਹਿਸ਼ਤ ਪਾਉਣੀ ਹੁੰਦੀ ਆ ਕਿਸਾਨਾਂ ਦੇ ਉੱਤੇ ਤੇ ਜਿਹੜੇ ਇਨਸਾਫ ਲੈਣ ਵਾਸਤੇ ਆ ਰਹੇ ਨੇ, ਇਸ ਨਜ਼ਰੀਏ ਦੇ ਨਾਲ ਜਿਹੜਾ ਉਹ ਉੱਥੇ ਪ੍ਰਬੰਧ ਕੀਤਾ ਗਿਆ। ਔਰ ਸਾਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੀ ਸਰਕਾਰ ਤੇ ਨਿਹਾਇਤ ਦੁੱਖ ਅਫਸੋਸ ਰੰਜ ਕਿ ਜਿਨ੍ਹਾਂ ਦੇ ਵਾਸਤੇ ਅਸੀਂ ਮਰ ਗਏ ਅਨਾਜ ਪੈਦਾ ਕਰਦੇ ਕਰਦੇ, ਔਰ ਜਿਸ ਬਾਰਡਰਾਂ ਦੇ ਉੱਤੇ ਸਾਡੇ ਬੱਚੇ ਇਹਨਾਂ ਹੀ ਕਿਸਾਨਾਂ ਦੇ ਆਹ ਜਿਹੜੇ ਅੰਦੋਲਨ ਵਿੱਚ ਬੈਠੇ ਨੇ ਤੇ ਆਹ ਜਿਹੜੇ ਤੁਹਾਡੇ ਕੋਲ ਇੱਥੇ ਬੈਠੇ ਨੇ, ਇਹਨਾਂ ਦੇ ਬੱਚੇ ਕਿਸਾਨਾਂ ਦੇ ਦੇਸ਼ ਦੇ ਇੰਟਰਨੈਸ਼ਨਲ ਬਾਰਡਰਸ ਤੇ ਰਾਖੀ ਕਰਦੇ ਫੌਜ ਵਿੱਚ ਭਰਤੀ ਹੋ ਕੇ ਜਾਨਾਂ ਗਵਾ ਕੇ ਇਹਨਾਂ ਦੀਆਂ ਲਾਸ਼ਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ ਵਿੱਚ ਜਦੋਂ ਆਉਂਦੀਆਂ ਕਿਸੇ ਬੀਜੇਪੀ ਦੇ ਆਗੂ ਦੀ ਜਾਂ ਕਿਸੇ ਬੀਜੇਪੀ ਦੇ ਲੀਡਰ ਦੇ ਆਗੂ ਦੀ ਮੁੰਡੇ ਦੀ ਜਾਂ ਬੱਚੇ ਦੀ ਕਦੀ ਲਾਸ਼ ਅਸੀਂ ਦੇਖੀ ਨਹੀਂ, ਨਾ ਉਹਨਾਂ ਨੇ ਕਦੀ ਸ਼ਹਾਦਤ ਦਿੱਤੀ ਆ। ਇਸ ਤੋਂ ਪਹਿਲਾਂ ਜਿਹੜਾ ਆਜ਼ਾਦੀ 'ਚ ਹਿੱਸਾ ਪਾਇਆ, ਜੋ ਯੋਗਦਾਨ ਪਾਇਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ, ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰੱਸੇ ਚੁੰਮੇ ਬਹਾਦਰ ਪੰਜਾਬੀਆਂ ਨੇ ਅਤੇ ਕਿਸਾਨਾਂ ਨੇ। ਕਿਸਾਨ ਮੈਂ ਜਦੋਂ ਕਹਿੰਦਾ ਸਾਰੇ ਦੇਸ਼ ਦੇ ਕਿਸਾਨਾਂ ਨੂੰ ਕਹਿੰਦਾ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟੀਆਂ, ਔਰ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਨੁਕਸਾਨ ਉਠਾਇਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ, ਜਿਹੜੇ ਪਾਰਟੀਸ਼ਨ ਆ ਉਸ ਵਕਤ 1 ਮਿਲੀਅਨ ਪਾਪੂਲੇਸ਼ਨ ਤੋਂ ਵੀ ਜ਼ਿਆਦਾ, ਸ਼ਾਇਦ 10 ਮਿਲੀਅਨ ਪਾਪੂਲੇਸ਼ਨ ਜਿਹੜੀ ਮੈਂ ਸਬਜੈਕਟ ਟੂ ਕਰੈਕਸ਼ਨ ਆ, ਉਹ ਪਾਕਿਸਤਾਨ ਤੋਂ ਉੱਠ ਕੇ ਉੱਜੜ ਕੇ ਇਸ ਦੇਸ਼ ਵਿੱਚ ਆਏ ਕਿ ਅਸੀਂ ਆਪਣੇ ਦੇਸ਼ ਵਿੱਚ ਰਹਿਣਾ, ਆਪਣੇ ਦੇਸ਼ ਵਿੱਚ ਆਜ਼ਾਦ ਤਰੀਕੇ ਨਾਲ ਰਹਿਣਾ। ਇੱਥੇ ਆਣ ਕੇ ਅਨਾਜ ਦਾ ਭੰਡਾਰ ਭਰਿਆ, ਗ੍ਰੀਨ ਰੈਵੋਲਿਊਸ਼ਨ, ਵਾਈਟ ਰੈਵੋਲਿਊਸ਼ਨ ਕਰਕੇ ਜਿਹੜਾ ਅੱਜ ਜਿਹੜਾ ਕਹਿੰਦੇ ਨਾ ਵਿਕਸਿਤ ਭਾਰਤ ਆ, ਬੀਜੇਪੀ ਨੇ ਇੱਕ ਮੁਹਿੰਮ ਚਲਾਈ ਆ ਵਿਕਸਿਤ ਭਾਰਤ, ਉਹ ਵਿਕਸਿਤ ਨਹੀਂ ਗਾ ਹਲੇ 140 ਕਰੋੜ ਵਿੱਚੋਂ 82 ਕਰੋੜ ਭਾਰਤ ਦੇ ਲੋਕ ਫ੍ਰੀ ਰਾਸ਼ਨ ਯਾਨੀ ਕਿ ਆਟੇ ਤੇ ਚੌਲਾਂ ਦੇ ਉੱਤੇ ਨਿਰਭਰ ਆ, ਤੇ ਇਹ ਫੂਡ ਸਿਕਿਉਰਿਟੀ ਪ੍ਰੋਗਰਾਮ ਜਿਹੜਾ ਗਰੀਬਾਂ ਵਾਸਤੇ ਵੰਡਿਆ ਜਾ ਰਿਹਾ ਭਾਰਤ ਸਰਕਾਰ ਵੱਲੋਂ ਕੌਣ ਦਿੰਦਾ ਵਾ? ਇਹੀ ਸਾਰੇ ਜਿਹੜੇ ਕਿਸਾਨ ਅੰਦੋਲਨ ਵਿੱਚ ਬੈਠੇ ਨੇ ਸਾਰੇ ਦੇਸ਼ ਦੇ, ਰਾਜਸਥਾਨ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਪੰਜਾਬ ਅਤੇ ਦੂਸਰੇ ਸੂਬਿਆਂ ਦੇ ਕਿਸਾਨ ਇਹੀ ਅਨਾਜ ਦਾ ਭੰਡਾਰ ਭਰਦੇ, ਜਿਹਦੇ ਕਰਕੇ ਭੁੱਖਮਰੀ ਤੋਂ ਦੇਸ਼ ਬਚਿਆ ਹੋਇਆ ਵਾ। ਲੇਕਿਨ ਫਿਰ ਵੀ ਬੀਜੇਪੀ ਨੂੰ ਕੋਈ ਤਰਸ ਨਹੀਂ ਆਇਆ। ਜੋ ਅਨਿਆਏ, ਜੋ ਬੇਇੱਜ਼ਤੀ, ਜੋ ਇੱਕ ਅਪਮਾਨ ਕਿਸਾਨਾਂ ਦਾ, ਖੇਤ ਮਜ਼ਦੂਰਾਂ ਦਾ ਕੀਤਾ ਗਿਆ, ਇੱਕ ਤਾਂ ਉਹਦੀ ਅਸੀਂ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ, ਦੂਸਰਾ ਸਾਡਾ ਆਪਣਾ ਮੁੱਖ ਮੰਤਰੀ ਹੋਵੇ ਪੰਜਾਬ ਦਾ ਜਿਹੜਾ ਕਹਿੰਦਾ ਮੈਂ ਸ਼ਹੀਦ ਭਗਤ ਸਿੰਘ ਦੀ ਪੱਗ ਬੰਨਦਾ, ਉਹਦੀ ਮਿੱਟੀ ਦੀ ਸੌਂ ਖਾਧੀ ਆ, ਉੱਥੇ ਮੁੱਖ ਮੰਤਰੀ ਦਾ ਸਮਾਗਮ ਰੱਖਿਆ ਖਟਕਰ ਕਲਾਂ ਦੇ ਵਿੱਚ ਕਿ ਮੈਂ ਕ੍ਰਾਂਤੀ ਲੈ ਕੇ ਆਊਂਗਾ ਦੇਸ਼ ਦੇ ਪੰਜਾਬ ਦੇ ਵਿੱਚ, ਅੱਜ ਚੁੱਪ ਬੈਠਾ, ਇੱਦਾਂ ਮੂੰਹ ਤੇ ਉਹਦੇ ਕੀ ਕਹਿੰਦੇ ਹੁੰਦੇ ਕਿ ਘੁੰਗੜੀਆਂ ਉਹ ਪੈ ਗਈਆਂ ਨੇ, ਉਹਦਾ ਮੂੰਹ ਨਹੀਂ ਖੁੱਲ ਰਿਹਾ। ਇੰਨੀ ਜ਼ਿਆਦਤੀ ਕਤਲ ਇਸ ਨੌਜਵਾਨ ਦਾ ਉੱਥੇ ਹੋਇਆ ਵਾ, ਔਰ ਆਹ ਨੌਜਵਾਨ ਨੂੰ ਚੱਕ ਕੇ ਲੈ ਗਈ ਹਰਿਆਣੇ ਦੀ ਪੁਲਿਸ, ਚੱਕ ਕੇ ਲਿਜਾ ਕੇ ਪ੍ਰੀਤਪਾਲ ਨੂੰ, ਇਹ ਲਹਿਰੇ ਦਾ ਰਹਿਣ ਵਾਲਾ, ਇੱਥੇ ਮੇਰੇ ਕੋਲ ਰਾਹੁਲ ਇੰਦਰ ਜੀ ਖੜੇ ਨੇ, ਮਿਸਿਸ ਭੱਠਲ ਦੇ ਹੋਣਹਾਰ ਸਪੁੱਤਰ, ਆ ਇੱਥੋਂ ਦਾ ਚੱਕ ਕੇ ਨੌਜਵਾਨ ਹਰਿਆਣੇ ਬੋਰੀਆਂ 'ਚ ਪਾ ਕੇ ਚੱਕ ਕੇ ਲੈ ਗਏ ਕਿਸਾਨਾਂ ਦੇ ਨੌਜਵਾਨਾਂ ਨੂੰ ਹਰਿਆਣੇ 'ਚ, ਤੇ ਇਹਨੂੰ ਕੁੱਟਿਆ ਮਾਰਿਆ, ਦੀ ਲੱਤ ਫ੍ਰੈਕਚਰ ਕਰਤੀ, ਮੂੰਹ ਦੇ ਉੱਤੇ ਟਾਂਕੇ ਲੱਗੇ ਨੇ, ਇਹਨੂੰ PGI ਉੱਥੇ ਰੋਹਤਕ ਲੈ ਗਏ, ਚਲੋ ਉਸ ਨੂੰ ਹੁਣ PGI ਚੰਡੀਗੜ੍ਹ ਸ਼ਿਫਟ ਕੀਤਾ ਗਿਆ। ਪਰੰਤੂ ਮੁੱਖ ਮੰਤਰੀ ਪੰਜਾਬ ਦਾ ਹੋਵੇ, 92 ਉਹਨਾਂ ਦੇ ਨਾਲ MLA ਜਿਤਾਏ ਹੋਣ ਪੰਜਾਬ ਦੇ ਲੋਕਾਂ ਨੇ, ਤੇ ਉਹਦੇ 'ਚ ਇੰਨੀ ਜਾਨ ਨਿਕੀ, ਇੱਕ FIR ਦਰਜ ਕਰ ਦਿਓ। ਹੁਣ ਉਹਨਾਂ ਦੀ ਪੁਲਿਸ ਵਾਲੇ ਜਿਹੜੇ ਸਾਡੇ ਤੇ ਨਿੱਤ ਦਿਨ ਪਰਚੇ ਕਰਦੇ ਝੂਠੇ, ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਕਿਸਾਨ ਜਿਹੜਾ ਮਰਿਆ ਵਾ ਸ਼ੁਭ ਕਰਨ, ਇਹ ਤਾਂ ਹਰਿਆਣੇ ਤੇ ਜੀਂਦ ਤੇ ਗੜੀ ਪੁਲਿਸ ਸਟੇਸ਼ਨ ਦੀ ਟੈਰੀਟਰੀ ਵਿੱਚ ਮਰਿਆ, ਹਾਲਾਂਕਿ ਦੈਟ ਇਜ਼ 100% ਡਾਊਟਫੁਲ, ਸਾਨੂੰ ਕੋਈ ਜੋ ਭਰੋਸਾ ਨਹੀਂ ਗਾ ਹਰਿਆਣੇ ਦੇ ਪੰਜਾਬ ਪੁਲਿਸ ਦੇ ਅਫਸਰ ਜਿਹੜੀ ਦਲੀਲ ਦੇ ਰਹੇ ਨੇ। ਮੰਨ ਲਓ 1 ਮਿੰਟ ਵਾਸਤੇ ਕਿ ਉੱਥੇ ਮਰਿਆ ਵਾ, ਪੰਜਾਬ ਦਾ ਮੁੱਖ ਮੰਤਰੀ ਅਗਰ ਚਾਹੇ
ਉਹਦੇ ਤੇ ਜ਼ੀਰੋ ਐਫ ਆਈ ਆਰ। ਦੇਸ਼ ਵਿੱਚ ਕਿਤੇ ਕ੍ਰਾਈਮ ਹੋਵੇ, ਵਾਟ ਇਜ਼ ਦ ਮੀਨਿੰਗ ਆਫ ਐਫ ਆਈ ਆਰ? ਫਸਟ ਇਨਫੋਰਮੇਸ਼ਨ ਰਿਪੋਰਟ, ਜਦ ਤੁਹਾਨੂੰ ਪਹਿਲਾਂ ਇਤਲਾਹ ਮਿਲਦੀ ਹੈ ਕਿਸੇ ਸਰਕਾਰ ਨੂੰ, ਪੁਲਿਸ ਵਾਲੇ ਨੂੰ, ਐਸ ਐਚ ਓ ਨੂੰ, ਉਹਨੂੰ ਐਫ ਆਈ ਆਰ ਦਰਜ ਕਰਨੀ ਪੈਂਦੀ, ਮੈਂਡੇਟਰੀ ਅਕੋਰਡਿੰਗ ਟੂ ਦੀ ਸੁਪਰੀਮ ਕੋਰਟ ਡਾਇਰੈਕਸ਼ਨਸ, ਤੇ ਜ਼ੀਰੋ ਐਫ ਆਈ ਆਰ ਵੀ ਨਹੀਂ ਦਰਜ ਕੀਤੀ। ਜ਼ੀਰੋ ਐਫ ਆਈ ਆਰ ਦਰਜ ਭਗਵੰਤ ਮਾਨ ਹੁਣ ਚਾਹੇ ਆਪਣੀ ਗੱਲ ਕਰਦੇ ਹਾਂ, ਹੁਣ ਦਰਜ ਕਰਕੇ ਹਰਿਆਣੇ ਨੂੰ ਭੇਜ ਦੇਵੇ, ਕਤਲ ਦੀ 302 ਦੀ ਸ਼ੁਭ ਕਰਨ ਦੇ ਮਾਂ ਪਿਓ ਤੋਂ ਜਾਂ ਕਿਸਾਨ ਅੰਦੋਲਨ ਦੇ ਆਗੂਆਂ ਕੋਲੋਂ ਕੰਪਲੇਂਟ ਲੈ ਕੇ, ਜਿਹੜੀ ਕਿ ਉਹ ਬਾਰ ਬਾਰ ਦੇ ਰਹੇ ਨੇ, ਜਿਹੜੇ ਹਲੇ ਤਾਂ ਅੰਤਮ ਸੰਸਕਾਰ ਨਹੀਂ ਕਰ ਰਹੇ, ਉਹ ਕੰਪਲੇਂਟ ਦਾ ਜ਼ੀਰੋ ਐਫ ਆਈ ਆਰ ਦਰਜ ਕੀਤੀ, ਜ਼ੀਰੋ ਐਫ ਆਈ ਆਰ ਵੀ ਨਹੀਂ ਦਰਜ ਕੀਤੀ। ਤੇ ਜਿਹੜਾ 250 ਬੰਦਾ ਫੱਟੜ ਹੋ ਗਿਆ ਕਿਸਾਨ, ਜਿੱਦਾਂ ਮੈਂ ਤੁਹਾਨੂੰ ਪ੍ਰੀਤਪਾਲ ਦਾ ਦਿਖਾਇਆ, ਦੋਨੋਂ ਵੱਧ ਫੱਟੜ ਨੇ ਪੰਜਾਬ ਦੇ ਵਿੱਚ, ਮੀਡੀਆ ਵਾਲੇ ਫੱਟੜ ਨੇ, ਨੀਲ ਭੁਪਿੰਦਰ ਸਿੰਘ ਜਿਹੜਾ ਇੱਕ ਜਰਨਲਿਸਟ, ਉਹਦੀ ਆਹ ਸਾਰਾ ਇੱਥੋਂ ਅੱਖ ਬਚ ਕੇ ਮੂੰਹ ਦੇ ਉੱਤੇ ਬਹੁਤ ਮੱਥੇ ਤੇ ਸੱਟਾਂ ਲੱਗੀਆਂ, ਸਾਰਿਆਂ ਦੀ ਮੈਡੀਕਲ ਰਿਪੋਰਟਸ ਪੰਜਾਬ ਸਰਕਾਰ ਦੇ ਕੋਲ ਅਵੇਲੇਬਲ ਨੇ, ਇੱਕ ਪਰਚਾ ਵੀ ਨਹੀਂ ਦਰਜ ਕੀਤਾ, ਇੱਕ ਐਫ ਆਈ ਆਰ ਨਹੀਂ ਦਰਜ ਕੀਤੀ। ਜਿਹੜੇ ਅੰਦਰ ਵੜ ਕੇ ਹਰਿਆਣੇ ਵਾਲਿਆਂ ਸਾਡੇ ਟਰੈਕਟਰ ਭੰਨੇ, ਮਸ਼ੀਨਰੀ ਭੰਨੀ, ਜਿਹੜੇ ਸਾਡੇ ਝੰਡਿਆਂ ਨੂੰ ਪੈਰਾਂ ਦੇ ਥੱਲੇ ਰੋਂਦਿਆ, ਨਿਸ਼ਾਨ ਸਾਹਿਬ ਦਾ ਅਪਮਾਨ ਕੀਤਾ, ਉਹਦੀ ਇੱਕ ਐਫ ਆਈ ਆਰ ਦਰਜ ਨਹੀਂ ਕੀਤੀ। ਤੇ ਸਾਨੂੰ ਧਮਕਾਇਆ ਜਾ ਰਿਹਾ ਕਿ ਕੁਰਕ ਕਰਾਂਗੇ ਜਿਹੜੇ ਗਵਰਨਮੈਂਟ ਪ੍ਰਾਪਰਟੀ ਨੂੰ ਕਰਦੇ ਨੇ, ਨੁਕਸਾਨ ਪਹੁੰਚਾਉਂਦੇ, ਉਹਨਾਂ ਕਿਸਾਨਾਂ ਦੀ ਜਾਇਦਾਦ ਕੁਰਕ ਕਰਾਂਗੇ, ਤੇ ਕੌਣ ਕੁਰਕ ਕਰੂਗਾ ਜਿਹੜਾ ਟਰੈਕਟਰਾਂ ਦਾ ਨੁਕਸਾਨ ਹੋਇਆ? ਭਗਵੰਤ, ਮੈਂ ਤੈਨੂੰ ਪੁੱਛਣਾ ਚਾਹੁੰਦਾ, ਉਦਾਂ ਹੀ ਬੰਨੀ ਪੱਗ ਸ਼ਹੀਦ ਭਗਤ ਸਿੰਘ ਦੀ, ਉਦਾਂ ਹੀ ਸਹੁੰ ਖਾਧੀ ਖਟਕੜ ਕਲਾਂ ਦੇ ਉੱਤੋਂ ਜਾ ਕੇ? ਇਹਦਾ ਮਤਲਬ ਸਾਰਾ ਫਰੌਡ ਸੀਗਾ ਸਾਰਾ। ਔਰ ਤੁਹਾਡੇ 92 ਚੋਂ ਇੱਕ ਆਦਮੀ ਬੋਲਦਾ ਸਿਰਫ, ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹਨੂੰ ਛੱਡ ਕੇ 91 ਜੀਭਾਂ ਨੂੰ ਤਾਲੇ ਲੱਗ ਗਏ ਲੋਕ, ਕਿਸੇ ਸਬਜੈਕਟ ਤੇ ਨਹੀਂ ਬੋਲਦੇ। ਉਧਰਲੇ ਪਾਸੇ ਅੰਮ੍ਰਿਤਪਾਲ ਦੇ ਨਾਲ ਜ਼ਿਆਦਤੀ ਹੋ ਰਹੀ ਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਉਹ ਭੁੱਖੜਤਾਲ ਤੇ ਬੈਠੇ ਨੇ, 91 ਦੇ ਉੱਤੇ ਮੂੰਹ ਤੇ ਤਾਲੇ ਲੱਗ ਗਏ, ਸਮੇਤ ਭਗਵੰਤ ਮਾਨ। ਕੀ ਇਸ ਲਈ ਚੁਣਿਆ ਸੀ ਅਸੀਂ ਤੁਹਾਨੂੰ? ਇਹ ਸਾਰੀ ਗੱਲ ਨੂੰ ਮੱਦੇਨਜ਼ਰ ਰੱਖਦੇ, ਔਰ ਜਿਹੜੀ ਗੱਲ ਕਈ ਜਗਦੇਵ ਹੋਣਾ ਨੇ, ਐਕਸ ਐਮਐਲਏ ਸਾਹਿਬ ਬੈਠੇ ਨੇ, ਕਿ ਗੁਰਮੀਤ ਖੁੱਡੀਆਂ ਐਗਰੀਕਲਚਰ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਲੱਗਿਆ ਹੋਇਆ, ਕੌਣ ਧਰਨਾ ਲਾ ਕੇ ਬੈਠੇ ਨੇ? ਭਾਰਤੀ ਕਿਸਾਨ ਯੂਨੀਅਨ ਦੇ ਕਾਫੀ ਕੁਝ ਮਹੀਨਿਆਂ ਤੋਂ ਬੈਠੇ ਨੇ, ਉਹ ਕਹਿੰਦੇ ਨੇ ਕਿ ਜਿਹੜਾ ਮਗਰਲਾ ਅੰਦੋਲਨ ਸੀ, ਜਿਹੜਾ 750 ਕਿਸਾਨ ਸ਼ਹੀਦ ਹੋਇਆ ਉੱਥੇ ਦਿੱਲੀ ਦੇ ਬਾਰਡਰ ਦੇ ਉੱਤੇ, ਉਹ ਜਿਹੜਾ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਇਆ, ਉਹਨਾਂ ਨੂੰ ਮਗਰਲੀ ਸਰਕਾਰ ਨੇ 250 ਕਿ 300 ਨੂੰ ਸਰਕਾਰੀ ਨੌਕਰੀ ਦੇ ਦਿੱਤੀ, ਕਿਉਂਕਿ ਵਾਅਦਾ ਸੀਗਾ ਕਿ ਸਰਕਾਰੀ ਨੌਕਰੀਆਂ ਦੇਵਾਂਗੇ। ਤੇ ਜਿਹੜਾ ਬਾਕੀ ਬਕਾਇਆ ਸੀਗਾ, ਸਰਕਾਰ ਬਦਲ ਗਈ, ਤੇ ਭਗਵੰਤ ਜਿਹੜਾ ਕਹਿੰਦਾ ਰੋਜ਼ ਕਿ ਮੈਂ ਮੁਰਗੀ ਦਾ ਵੀ ਦੇਊਂ ਖਮਿਆਜ਼ਾ, ਬੱਕਰੀ ਦਾ ਵੀ ਦਊਂ ਖਮਿਆ, ਜਿਹੜਾ ਨੁਕਸਾਨ ਹੋਇਆ ਉਹਦੀ ਪੂਰਤੀ ਕਰੂੰਗਾ, ਤੇ ਉਹ ਦਿਓ ਨਾ। ਜਿਹੜੀ ਪਾਲਿਸੀ ਬਣੀ ਹੋਈ ਆ, ਜਿਹੜੇ ਕਿਸਾਨ ਲੰਬੀ ਹਲਕੇ ਦੇ ਵਿੱਚ ਬੈਠੇ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਦੇ ਬਾਹਰ, ਅਸੀਂ ਉਹਨਾਂ ਦੀ ਵੀ ਇਮਦਾਦ ਕਰਦੇ ਹਾਂ ਕਿ ਉਹਨਾਂ ਸਾਰੇ ਕਿਸਾਨ ਜਿਹੜੇ ਪਿਛਲੇ ਅੰਦੋਲਨ ਵਿੱਚ ਸ਼ਹੀਦ ਹੋਏ ਨੇ, ਮਰੇ ਨੇ, ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਬਣਦਾ ਜੋ ਕੰਪਨਸੇਸ਼ਨ ਹੈਗਾ ਉਹ ਦਿੱਤਾ ਜਾਵੇ।